ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਪੰਜਾਬ ਦੇ ਵਿੱਚ ਜਥੇਦਾਰਾਂ ਦੇ ਵੱਲੋਂ ਬਾਦਲਾਂ ਦੇ ਦਬਾਅ ਥੱਲੇ ਸੋਧਾ ਸਾਹ ਦੇ ਮਾਫੀਨਾਮੇ ਤੋਂ ਸ਼ੁਰੂ ਹੋਈ ਘਟਨਾਕ੍ਰਮ ਪੂਰਾ ਯੂ ਟਰਨ ਲੈ ਚੁੱਕੀ ਹੈ। ਹੁਣ ਇਨ੍ਹਾਂ ਜਥੇਦਾਰਾਂ ਨੇ ਆਪਣੇ ਉਸੀ ਹੁਕਮਨਾਮੇ ਨੂੰ ਰੱਦ ਕਰ ਦਿੱਤਾ ਹੈ, ਪਰ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕਈ ਥਾਵਾਂ ਤੇ ਬੇਅਦਬੀ ਹੋਈ ਹੈ। ਪੁਲਿਸ ਵੱਲੋਂ ਗੁਰਜੀਤ ਸਿੰਘ ਅਤੇ ਕਿਸ਼ਨ ਭਗਵਾਨ ਸਿੰਘ ਨਾਮੀ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸੈਂਕੜੇ ਸਿੱਖ ਜ਼ਖਮੀ ਹੋਏ ਹਨ ਅਤੇ ਲਗਭਗ 30 ਮਿਲੀਅਨ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਹਨ। ਇਸ ਸਭ ਲਈ ਕੌਣ ਜ਼ਿੰਮੇਵਾਰ ਹੈ? ਇਸ ਵੇਲੇ ਸਿੱਖ ਕੌਮ ਔਖੀ ਘੜੀ ਦੇ ਵਿੱਚੋਂ ਨਿਕਲ ਰਹੀ ਹੈ। ਸਿੱਖ ਕੌਮ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਰਪੇਸ਼ ਹਨ। ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ। ਕੋਈ ਸਰਬੱਤ ਖਾਲਸਾ ਨਵੰਬਰ 10 ਨੂੰ ਬੁਲਾਉਣ ਦੀ ਗੱਲ ਕਰ ਰਿਹਾ ਹੈ ਤੇ ਕੋਈ ਆਨਲਾਈਨ ਸਰਬੱਤ ਖਾਲਸਾ ਬੁਲਾਉਣ ਬਾਰੇ ਵਿਚਾਰ ਦੇ ਰਿਹਾ ਹੈ। ਪਰ ਵਿਊਅਰਸ, ਰੀਸੈਂਟਲੀ ਓਨਟਾਰੀਓ ਤੇ ਕਿਊਬਿਕ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਸਰਬਸੰਮਤੀ ਨਾਲ ਸੋਧਾ ਸਾਧ ਅਤੇ ਸਰਬ ਸੰਸਾਰ ਸਰਬੱਤ ਖਾਲਸਾ ਦੇ ਬਾਰੇ ਮਤੇ ਪਾਸ ਕੀਤੇ ਗਏ ਹਨ। ਅੱਜ ਅਸੀਂ ਇਨ੍ਹਾਂ ਮਤਿਆਂ ਬਾਰੇ ਅਤੇ ਗਲੋਬਲ ਸਰਬੱਤ ਖਾਲਸਾ ਕਿਵੇਂ ਪਾਸੀਬਲ ਹੋ ਸਕਦਾ ਹੈ, ਇਸ ਸੰਬੰਧੀ ਗੱਲਬਾਤ ਕਰਾਂਗੇ ਕੈਨੇਡਾ ਤੋਂ ਸਿੱਖ ਐਕਟੀਵਿਸਟ ਸਰਦਾਰ ਸੰਦੀਪ ਸਿੰਘ ਜੀ ਨਾਲ, ਜਿਹੜੇ ਕਿ ਇਸ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਸਨ ਤੇ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਦੀਪ ਸਿੰਘ ਜੀ, ਪਹਿਲੀ ਵਾਰ ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਕਮ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ ਟੀਵੀ 84 ਨਿਊਜ਼ ਦੇ ਵਿੱਚ। ਤੇ ਸੰਦੀਪ ਜੀ, ਅਸੀਂ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਸੰਦੀਪ ਜੀ, ਇਸ ਮੀਟਿੰਗ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ, ਆਪਣੇ ਪਿਛੋਕੜ ਬਾਰੇ ਦੱਸੋ। ਨਾ ਸੀ, ਦਾ ਨਾਮ ਸੰਦੀਪ ਸਿੰਘ ਹੈ ਜੀ, ਤੇ ਮੇਰਾ ਜਨਮ ਮੌਂਟਰੀਅਲ ਦਾ ਆ। ਹਾਂਜੀ। ਪੜ੍ਹਾਈ ਦੇ ਤੌਰ ਦੇ ਉੱਤੇ ਮੈਂ ਟ੍ਰਿਪਲ ਮਾਸਟਰਸ ਕੀਤੀ ਹੋਈ ਹੈਗੀ ਆ, ਤੇ ਕਾਫੀ ਲੰਬਾ ਸਮਾਂ ਪੰਜਾਬ ਦੀ ਧਰਤੀ ਦੇ ਉੱਤੇ ਸੰਘਰਸ਼ ਨਾਲ ਜੁੜਿਆ ਰਿਹਾ ਆ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿੱਚ ਮੈਂ ਐਸ ਆਲ ਇੰਡੀਆ ਜਨਰਲ ਸੈਕਟਰੀ ਕੰਮ ਕੀਤਾ ਆ, ਤੇ ਹਰ ਹਿਊਮਨ ਰਾਈਟਸ ਵਾਇਲੇਸ਼ਨ ਅਤੇ ਪੰਜਾਬ ਦੇ ਵਿੱਚ ਜੋ ਸਿੱਖਾਂ ਨਾਲ ਧੱਕੇ ਹੁੰਦੇ ਭਾਵੇਂ ਸਿਆਸੀ ਤੌਰ ਤੇ ਭਾਵੇਂ ਹਿਊਮਨ ਰਾਈਟਸ ਤੌਰ ਤੇ, ਉਹਨਾਂ ਦੇ ਅਗੇਂਸਟ ਖੁੱਲ ਕੇ ਉੱਥੇ ਆਵਾਜ਼ ਉਠਾਈ ਹੈ ਕਈ ਵਾਰੀ। ਇਸੀ ਤਹਿਤ ਪੰਜਾਬ ਦੀਆਂ ਜੇਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਜੀ ਜੀ। ਅੱਜ ਦੀ ਡੇਟ ਦੇ ਵਿੱਚ ਮੈਂ ਟੋਰਾਂਟੋ ਦੇ ਵਿੱਚ ਰਹਿ ਰਿਹਾ ਹਾਂ, ਤੇ ਇੱਥੇ ਵੀ ਹੁਣ ਸਿੱਖ ਜਥੇਬੰਦੀਆਂ ਨਾਲ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਹਾਂ। ਜੀ ਸੰਦੀਪ ਜੀ, ਹੁਣ ਅਸੀਂ ਸਿੱਧੀ ਮੀਟਿੰਗ ਵੱਲ ਜਾਂਦੇ ਹਾਂ, ਉਸ ਬਾਰੇ ਵੀ ਤੁਹਾਡੇ ਕੋਲ ਅਸੀਂ ਪੂਰੀ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਜਿਹੜੀ ਇਹ ਮੀਟਿੰਗ ਹੋਈ ਆ, ਅਕਤੂਬਰ 11th ਨੂੰ ਹੋਈ ਆ, ਓਨਟਾਰੀਓ ਤੇ ਕਿਊਬੈਕ ਦੇ ਗੁਰਦੁਆਰਾ ਸਾਹਿਬਾਨ ਵੱਲੋਂ ਕਰਵਾਈ ਗਈ ਹੈ, ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਵਿਚਾਰ ਰੱਖੇ ਗਏ ਸਨ, ਕਿਹੜੇ ਕਿਹੜੇ ਮਤੇ ਪਾਸ ਕੀਤੇ ਸਨ, ਆਸੋ ਸਰਬੱਤ ਖਾਲਸਾ ਦੀ ਗੱਲਬਾਤ ਕੀਤੀ ਗਈ ਸੀ, ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਜਿਹੜੀ ਇਹ ਮੀਟਿੰਗ ਸੀਗੀ, ਇਸ ਦੇ ਵਿੱਚ ਮੈਂ ਕਿਹਾ ਕਾਫੀ ਸਾਲਾਂ ਬਾਅਦ ਕਿਊਬੈਕ ਤੇ ਓਨਟਾਰੀਓ ਦੀਆਂ ਜਿੰਨੀਆਂ ਜਥੇਬੰਦੀਆਂ ਨੇ, ਜਿੰਨੇ ਗੁਰਦੁਆਰਾ ਪ੍ਰਬੰਧਕ ਨੇ, ਉਹ ਸਾਰੇ ਇੱਕ ਕਮਰੇ ਦੇ ਵਿੱਚ ਬੈਠੇ ਸੀਗੇ। ਇਹ ਇੱਕ ਅਚੀਵਮੈਂਟ ਸੀਗੀ। ਇਸ ਚੀਜ਼ ਨੂੰ ਸਮਝਣਾ ਪਵੇਗਾ ਕਿ 84 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਢਾਹਿਆ ਸੀ। ਜਿਹੜਾ ਫੈਸਲਾ ਆਇਆ ਸੀ ਜਥੇਦਾਰਾਂ ਦਾ, ਉਹ ਇਹ ਚੀਜ਼ ਸਾਬਤ ਕਰਦਾ ਕਿ ਦੁਬਾਰਾ ਤੋਂ 84 ਦੁਹਰਾਈ ਗਈ ਆ। ਰੀਜ਼ਨ ਬੀਂਗ ਕਿ ਉਦੋਂ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ ਸੀਗਾ, ਅੱਜ ਸਿਧਾਂਤ ਢਾਹਿਆ ਗਿਆ ਆ। ਔਰ ਮੈਂ ਸਮਝਦਾ ਆ ਕਿ ਸਿਧਾਂਤ, ਜਦੋਂ ਸਿਧਾਂਤ ਨੂੰ ਸੱਟ ਵੱਜਦੀ ਆ, ਹਾਂਜੀ, ਉਹ ਸ਼ਾਇਦ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀ ਸਥਿਤੀ ਤੇ ਸਾਨੂੰ ਲੈ ਕੇ ਚਲੇ ਜਾਂਦੀ ਹੈ, ਇਨਸਟੈਡ ਕਿ ਜਿਹੜੀ ਇੱਕ ਇਮਾਰਤ ਢਾਈ ਗਈ ਸੀ। ਆਲਦੋ ਕਿ ਦੋਨਾਂ ਸਥਿਤੀਆਂ ਦੇ ਵਿੱਚ ਸਿੱਖਾਂ ਦੇ ਸੈਂਟੀਮੈਂਟਸ ਜੁੜੇ ਹੋਏ ਆ। ਇਸ ਦੌਰਾਨ ਤਿੰਨ ਮਤੇ ਪਾਸ ਕੀਤੇ ਗਏ ਸੀਗੇ। ਹਾਂਜੀ। ਪਹਿਲਾ ਮਤਾ ਸੀ ਕਿ ਸਿੰਘ ਸਾਹਿਬਾਨਾਂ ਵੱਲੋਂ ਸੋਧਾ ਸਾਹਿਬ ਨੂੰ ਦਿੱਤੀ ਮਾਫ਼ੀ ਵਾਲੇ ਹੁਕਮ ਨੂੰ ਰੱਦ ਕੀਤਾ ਜਾਂਦਾ ਆ। ਸਿੱਖ ਕੌਮ ਇਸ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈਗੀ, ਕਿਉਂਕਿ ਇਹ ਹੁਕਮਨਾਮਾ ਹੀ ਐਕਚੁਅਲ ਦੇ ਵਿੱਚ ਸਿੱਖ ਸਿਧਾਂਤਾਂ ਅਨੁਕੂਲ ਹੀ ਨਹੀਂ ਹੈਗਾ। ਦੂਸਰਾ ਹੈਗਾ ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖਾਲਸਾ ਇਕੱਠ ਨੂੰ ਸਰਬ ਸੰਸਾਰ ਪੱਧਰ ਤੇ ਕੀਤਾ ਜਾਵੇ, ਤਾਂ ਕਿ ਸਾਰੇ ਸੰਸਾਰ ਵਿੱਚ ਵੱਸਦੇ ਹੋਏ ਸਿੱਖ ਇਸ ਵਿੱਚ ਸ਼ਾਮਲ ਹੋ ਕੇ ਆਪਣੀ ਰਾਏ ਦੇ ਸਕਣ। ਹਾਂਜੀ। ਹੁਣ ਇਸ ਦੇ ਵਿੱਚ ਜਿਹੜਾ ਵੱਡਾ ਕੁਐਸਚਨ ਹੈ ਕਿ ਸਰਬੱਤ ਖਾਲਸੇ ਦਾ ਜਿਹੜਾ ਸਿਧਾਂਤ ਆ, ਉਸ ਦੇ ਵਿੱਚ ਹੀ ਆਇਆ ਹੈ ਕਿ ਜਿੰਨੀ ਸਿੱਖ ਕੌਮ ਆ ਉਹਦਾ ਕਿਊਮੂਲੇਟਿਵ ਡਿਸੀਜਨ ਹੋਵੇ, ਨਾ ਕਿ ਇੱਕ ਜਾਂ ਦੋ ਪੋਲੀਟੀਕਲ ਪਾਰਟੀਜ਼ ਦੇ ਵੱਲੋਂ ਕੋਈ ਡਿਸੀਜਨ ਲਿੱਤਾ ਜਾਵੇ, ਹਨਾ। ਸੋ ਇਸ ਦੇ ਵਿੱਚ ਹਰ ਸਿੱਖ ਦਾ, ਹਰ ਸਿੱਖ ਜਿੱਥੇ ਜਿੱਥੇ ਵੀ ਸਿੱਖ ਵੱਸਦਾ ਹੈ ਗਲੋਬਲੀ, ਉਹਨਾਂ ਦੀ ਇਨਵੋਲਵਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ। ਸਾਨੂੰ ਹਰ ਪਾਸੋਂ ਢਾਲ ਲੱਗ ਚੁੱਕੀ ਆ। ਅਕਾਲ ਤਖ਼ਤ ਸਾਹਿਬ ਦੇ ਉੱਤੇ ਜਥੇਦਾਰਾਂ ਦਾ ਰੋਲ ਪ੍ਰੂਵ ਕਰਦਾ ਹੈ ਕਿ ਉਹ ਸਰਕਾਰੀ ਰਿਹਾ ਆ।
ਹੋਰ ਜਿਹੜਾ ਸਿਧਾਂਤਕ ਪੱਖੋਂ ਵੀ ਸਾਡੇ ਉੱਤੇ ਕਈ ਤਰ੍ਹਾਂ ਦੇ ਵਾਰ ਹੋਏ ਹੈਗੇ ਬਟ ਇੱਕ ਕਨਸੈਪਟ ਸਾਡੇ ਕੋਲ ਅੱਜ ਦੀ ਡੇਟ 'ਚ ਬਚਿਆ ਹੋਇਆ ਆ ਉਹ ਹੈਗਾ ਸਰਬੱਤ ਖਾਲਸੇ ਦਾ ਹਾਂਜੀ ਅਗਰ ਅਸੀਂ ਇਸ ਇਸ਼ੂ ਨੂੰ ਸਰਬੱਤ ਖਾਲਸੇ ਨੂੰ ਪ੍ਰੋਪਰਲੀ ਮੈਨੇਜ ਨਾ ਕੀਤਾ ਹਾਂਜੀ ਤੇ ਇਹਨੂੰ ਵੀ ਢਾਲ ਲੱਗੂਗੀ ਹੋਰ ਜਿਹੜਾ ਸਾਡੇ ਕੋਲ ਇੱਕ ਕਨਸੈਪਟ ਬਚਿਆ ਆ ਉਹ ਵੀ ਨਹੀਂ ਰਹੇਗਾ ਜਦੋ ਕਿ ਸਾਰੀਆਂ ਜਥੇਬੰਦੀਆਂ ਸਾਰੀ ਸਿੱਖ ਕੌਮ ਨੂੰ ਉਸ ਚ ਇਨਵੋਲਵ ਨਾ ਕੀਤਾ ਗਿਆ ਹੋਵੇ ਤੀਸਰਾ ਮਸਲਾ ਸੀਗਾ ਜੀ ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖਾਲਸਾ ਇਕੱਠ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੌਜੂਦਾ ਜਥੇਦਾਰਾਂ ਦੀਆਂ ਸਰਕਾਰੀ ਨਿਯੁਕਤੀਆਂ ਨੂੰ ਰੱਦ ਕਰਦੇ ਹੋਏ ਜਥੇਦਾਰਾਂ ਦੀ ਚੋਣ ਸਰਬੱਤ ਖਾਲਸਾ ਪ੍ਰਣਾਲੀ ਤਹਿਤ ਕੀਤੀ ਜਾਵੇ ਤਾਂ ਕਿ ਜਥੇਦਾਰ ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਸਿੱਖ ਕੌਮ ਦੇ ਭਵਿੱਖ ਨੂੰ ਰੋਸ਼ਨਾਉਣ ਅਤੇ ਸੁਚੱਜੀ ਅਗਵਾਈ ਦੇਣ ਵਾਲੇ ਫੈਸਲੇ ਕਰ ਸਕਣ ਜੀ ਦੇਖੋ ਅੱਜ ਦੀ ਡੇਟ ਦੇ ਉੱਤੇ ਜਿਹੜੇ ਜਥੇਦਾਰ ਨੇ ਉਹ ਸ਼੍ਰੋਮਣੀ ਕਮੇਟੀ ਇੰਪਲੋਈ ਨੇ ਆਈ ਐਮ ਸੋਰੀ ਟੂ ਸੇ ਦੈਟ ਬਟ ਸੱਚਾਈ ਆਈ ਆ ਨਾ ਬਿਲਕੁਲ ਹਾਂਜੀ ਤੇ ਜਿਹੜਾ ਬੰਦਾ ਤਨਖਾਹਦਾਰ ਹੋਊਗਾ ਉਹ ਆਪਣੇ ਮਾਲਕ ਦਾ ਵਫ਼ਾਦਾਰ ਹੋਊਗਾ ਨਾ ਕਿ ਕਮਿਊਨਿਟੀ ਦਾ ਜੀ ਬਿਲਕੁਲ ਔਰ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਇੰਡੀਅਨ ਲਾਅ ਦੇ ਅਧੀਨ ਆਉਣ ਵਾਲੀ ਇੱਕ ਬਾਡੀ ਆ ਹਾਂਜੀ ਨਥਿੰਗ ਮੋਰ ਦੈਨ ਦੈਟ ਸੋ ਜਿਹੜੇ ਜਥੇਦਾਰਾਂ ਦਾ ਕੰਸੈਪਟ ਆ ਉਹ ਬਹੁਤ ਵੱਡਾ ਕੰਸੈਪਟ ਆ ਬਹੁਤ ਉੱਚੀ ਜਗ੍ਹਾ ਆ ਉਹਨੂੰ ਕਿਸੇ ਲਾਅ ਦੇ ਅਧੀਨ ਰੱਖਣਾ ਉਹਦੀ ਪਾਵਰਸ ਨੂੰ ਘਟਾਉਣਾ ਤੇ ਉਹਨੂੰ ਬੇਇੱਜ਼ਤ ਕਰਨ ਵਾਲੀ ਗੱਲ ਹੈਗੀ ਆ ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਜਥੇਦਾਰਾਂ ਦੀ ਚੋਣ ਹੈਗੀ ਆ ਉਹ ਇਸ ਇੱਕ ਤਾਂ ਉਹ ਸਰਬੱਤ ਖਾਲਸਾ ਵੱਲੋਂ ਕੀਤੀ ਗਈ ਹੋਣੀ ਚਾਹੀਦੀ ਹੈ ਨਾ ਕਿ ਲਿਫਾਫਿਆਂ ਤੋਂ ਨਿਕਲੇ ਹੋਣ ਉਹ ਜਥੇਦਾਰ ਜੀ ਦੂਸਰੀ ਕਿ ਉਹਦੀ ਜਿਹੜੀ ਚੋਣ ਆ ਉਹ ਹਰ ਲਾਅ ਕਿਸੇ ਵੀ ਦੇਸ਼ ਦੇ ਲਾਅ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਪ੍ਰਭਾਵ ਤੋਂ ਉੱਪਰ ਹੋਣੀ ਚਾਹੀਦੀ ਆ ਜੀ ਸੋ ਇਹ ਤਿੰਨ ਮਤੇ ਸੀਗੇ ਉਸ ਦੇ ਵਿੱਚ ਹਾਂਜੀ ਜੀ ਤੇ ਵੀਰ ਜੀ ਇਹ ਤਾਂ ਤਿੰਨ ਮਤੇ ਸੀ ਜਿਸ ਤੋਂ ਤੁਸੀਂ ਗੱਲ ਕੀਤੀ ਹੈ ਸਰਬੱਤ ਖਾਲਸਾ ਦੀ ਪਰ ਜਿਸ ਤੋਂ ਤੁਸੀਂ ਕਿਹਾ ਕਿ ਸਾਨੂੰ ਗਲੋਬਲ ਦੀ ਪੱਧਰ ਤੇ ਇਹਨੂੰ ਕਰਨਾ ਚਾਹੀਦਾ ਇਕੱਠਾ ਕਰਨਾ ਚਾਹੀਦਾ ਐਵਰੀਵਨ ਸ਼ੁੱਡ ਬੀ ਇਨਵੋਲਵਡ ਇਨ ਸਾਈਨ ਇਨਵੋਲਵਮੈਂਟ ਹੋਣੀ ਚਾਹੀਦੀ ਆ ਹਾਊ ਇਜ਼ ਦੈਟ ਪਾਸੀਬਲ ਬਿਕੋਜ਼ ਜਿੰਨੀ ਵੀ ਸ਼ਖਸੀਅਤਾਂ ਨੇ ਗੱਲਬਾਤ ਕੀਤੀ ਹੈ ਪਿਛਲੇ ਕੁਝ ਵੀਕਸ ਤੋਂ ਉਹ ਕਹਿੰਦੇ ਸੀ ਕਿ ਇਟਸ ਨਾਟ ਪਾਸੀਬਲ ਸੋ ਕਿਸ ਤਰ੍ਹਾਂ ਪਾਸੀਬਲ ਹੋਏਗਾ ਸਰਬੱਤ ਖਾਲਸਾ ਬਿਲਕੁਲ ਸਾਡੀ ਵੀ ਕਈ ਮੇਰੀ ਵੀ ਕਾਫੀ ਚਿਰ ਤੋਂ ਜਦੋਂ ਆਪਾਂ ਇਸ ਇਸ਼ੂ ਨੂੰ ਚੱਲੇ ਹਾਂ ਇਸ ਇਸ਼ੂ ਨੂੰ ਲੈ ਕੇ ਵਰਲਡ ਵਾਈਡ ਮੇਰੀਆਂ ਕਈ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਦੇਖੋ ਸਰਬੱਤ ਖਾਲਸਾ ਦੀ ਲੋੜ ਕਿਉਂ ਆ ਪਹਿਲਾਂ ਤਾਂ ਇਹ ਪਤਾ ਹੋਣਾ ਬਹੁਤ ਜ਼ਰੂਰੀ ਆ ਇਸ ਦੇ ਜਸਟ ਕਿ ਅਸੀਂ ਜਥੇਦਾਰਾਂ ਨੂੰ ਹਟਾਉਣਾ ਤੇ ਨਵੇਂ ਪੰਜ ਲਾ ਦੇਣੇ ਆ ਅਗਰ ਤਾਂ ਇਹੀ ਮਕਸਦ ਹੈਗਾ ਆ ਫਿਰ ਸਰਬੱਤ ਖਾਲਸਾ ਕਰਨ ਦੀ ਲੋੜ ਨਹੀਂ ਹੈਗੀ ਜੀ ਸਰਬੱਤ ਖਾਲਸਾ ਸਾਨੂੰ ਦੋ ਚੀਜ਼ਾਂ ਲਈ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਦੋ ਚੀਜ਼ਾਂ ਲਈ ਚਾਹੀਦਾ ਇੱਕ ਤਾਂ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਅਸੀਂ ਇੱਕ ਯੂਨਾਈਟਿਡ ਪੰਥਕ ਪਲੇਟਫਾਰਮ ਦੇਣ ਦੇ ਵਿੱਚ ਪਿਛਲੇ 31 ਸਾਲਾਂ ਦੇ ਵਿੱਚ ਨਾਕਾਮਯਾਬ ਰਹੇ ਹਾਂ ਅਸੀਂ ਆਪਣੇ ਆਪ ਨੂੰ ਜਿੰਨੀ ਮਰਜ਼ੀ ਤਸੱਲੀ ਦੇਈ ਚੱਲੀਏ ਜਿੰਨਾ ਮਰਜ਼ੀ ਝੂਠਾ ਦਿਲਾਸਾ ਦੇਈ ਚੱਲੀਏ ਇਹ ਇੱਕ ਸੱਚਾਈ ਆ ਕਿ ਪਿਛਲੇ 30 ਤੋਂ ਥੋੜੇ ਜਿਹਾ ਅੱਗੇ ਆ ਜਾਂਦੇ 20-25 ਸਾਲਾਂ ਤੱਕ ਘੱਟੋ ਘੱਟ ਅਸੀਂ ਇੱਕ ਯੂਨਾਈਟਿਡ ਪਲੇਟਫਾਰਮ ਕੌਮ ਨੂੰ ਨਹੀਂ ਦੇ ਸਕੇ ਜੀ ਬਿਲਕੁਲ ਸੋ ਜਿਹੜਾ ਇਹ ਸਰਬੱਤ ਖਾਲਸਾ ਆ ਇਹਦਾ ਇੱਕ ਇਹ ਟਾਰਗੇਟ ਹੋਣਾ ਚਾਹੀਦਾ ਆ ਕਿ ਜਿਹੜੇ ਤੁਸੀਂ ਲੀਡਰਸ ਇਸ ਤੋਂ ਕੱਢਣੇ ਨੇ ਹਾਂਜੀ ਉਹ ਕੌਮ ਨੂੰ ਸੁਚੱਜੀ ਅਗਵਾਈ ਅਤੇ ਇੱਕ ਯੂਨਾਈਟਿਡ ਪਲੇਟਫਾਰਮ ਦੇ ਸਕਣ ਜੀ ਦੂਸਰਾ ਜਿਹੜਾ ਇਸਦਾ ਕਨਸੈਪਟ ਦੂਸਰੀ ਜਿਹੜੀ ਮੇਜਰ ਜਿਹੜੀ ਗੱਲ ਹੈਗੀ ਆ ਕਿ ਅਗਰ ਤਾਂ ਜਥੇਦਾਰਾਂ ਨੂੰ ਸਿਰਫ ਇੱਦਾਂ ਹੀ ਚੂਜ਼ ਕਰਨਾ ਆ ਕਿ ਅੱਗੇ ਉਹ ਅਕਾਲੀ ਦਲ ਬਾਦਲ ਦੇ ਲਿਫਾਫਿਆਂ ਚੋਂ ਨਿਕਲਦੇ ਆ ਹਾਂਜੀ ਅੱਜ ਉਹ ਕਿਸੇ ਐਕਸ ਵਾਈ ਜ਼ੈਡ ਪੋਲੀਟੀਕਲ ਪਾਰਟੀ ਨੇ ਅਨਾਊਂਸ ਕਰਤੇ ਤੇ ਉਹਦੇ ਨਾਲ ਕੋਈ ਡਿਫਰੈਂਸ ਨਹੀਂ ਆਉਣਾ ਹੈਗਾ ਜੀ ਡਿਫਰੈਂਸ ਤਾਂ ਸਿਸਟਮ ਨੂੰ ਚੇਂਜ ਕਰਨ ਨਾਲ ਆਏਗਾ ਅਗਰ ਓਨਾ ਹੀ ਉਹੀ ਪੁਰਾਣੇ ਐਕਸਪੈਰੀਮੈਂਟਸ ਨੂੰ ਬਾਰ ਬਾਰ ਕਰੀ ਚੱਲਾਂਗੇ ਤੇ ਸਿਰਫ ਫਰਕ ਇੰਨਾ ਹੋ ਜਾਊਗਾ ਕਿ ਉਹ ਅਕਾਲੀ ਦਲ ਬਾਦਲ ਦੇ ਲਿਫਾਫਿਆਂ ਦੀ ਜਗ੍ਹਾ ਕਿਸੇ ਹੋਰ ਦੇ ਲਿਫਾਫੇ ਹੋ ਜਾਣਗੇ ਇਸ ਤੋਂ ਉੱਪਰ ਕੁਛ ਨਹੀਂ ਹੋਊਗਾ ਜਿਹੜਾ ਗਲੋਬਲ ਸਰਬੱਤ ਖਾਲਸਾ ਕਰਨ ਦਾ ਮੇਨ ਜ਼ਰੂਰਤ ਕਿਉਂ ਆ ਤਾਂ ਕਿਵੇਂ ਹੋ ਸਕਦਾ ਹੈ ਜ਼ਰੂਰਤ ਇਸ ਲਈ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਸਦਾ ਸਿੱਖ ਆ ਉਹ ਗੁਲਾਮ ਆ ਉਹ ਗੁਲਾਮੀ ਦੇ ਅਧੀਨ ਲਿੱਤੇ ਹੋਏ ਫੈਸਲੇ
ਪ੍ਰੈਸ਼ਰ ਹੇਠ ਲਿੱਤੇ ਜਾ ਸਕਦੇ ਨੇ ਜੀ ਉਸ ਦੇ ਵਿੱਚ ਸਿੱਖਾਂ ਦੀ ਇਨਵੋਲਵਮੈਂਟ ਪੂਰੀ ਤਰ੍ਹਾਂ ਨਹੀਂ ਹੋ ਸਕਦੀ ਹਾਂਜੀ ਮੇਜਰ ਇਸ਼ੂ ਇਹ ਵੀ ਆ ਕਿ ਮੰਨ ਲਓ ਕਿ ਜਿਹੜਾ ਅੰਮ੍ਰਿਤਸਰ ਜਾਂ ਕਿਸੇ ਵੀ ਇੱਕ ਸ਼ਹਿਰ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਜਾਂਦਾ ਆ ਉੱਥੇ ਕਮਿਊਨਿਟੀ ਪਹੁੰਚਦੀ ਆ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਹੈ ਕਿ ਜਦੋਂ ਵੀ ਕੋਈ ਵੀ ਇੱਕ ਜਾਂ ਦੋ ਜਥੇਬੰਦੀਆਂ ਪ੍ਰੋਗਰਾਮ ਦਿੰਦੀਆਂ ਨੇ ਉਹਦਾ ਕੀ ਹਾਲ ਹੁੰਦਾ ਹੈ ਉੱਥੇ ਕੀ ਇਕੱਠ ਹੋਏਗਾ 5,000 ਬੰਦੇ ਦਾ 7,000 ਬੰਦੇ ਦਾ ਮੰਨ ਲਓ ਕਿ ਬਹੁਤ ਜ਼ਿਆਦਾ ਕਿੰਨਾ ਪੋਲੀਟੀਕਲ ਪਾਰਟੀ ਜ਼ੋਰ ਪਾ ਲੈਂਦੀਆਂ ਨੇ ਸਾਡੀਆਂ ਪੰਥਕ ਜਥੇਬੰਦੀਆਂ ਜ਼ੋਰ ਪਾ ਲੈਂਦੀਆਂ ਨੇ ਤੇ ਵੱਧ ਤੋਂ ਵੱਧ 10 ਤੋਂ 12,000 ਬੰਦੇ ਦਾ ਇਕੱਠ ਹੋਏਗਾ ਉਸ ਤੋਂ ਹੀ ਕੁਛ ਦਿਨਾਂ ਬਾਅਦ ਅਗਰ ਬਾਦਲ ਅਕਾਲੀ ਦਲ ਪ੍ਰੋਗਰਾਮ ਕਰੇ ਤੇ ਉਹਨਾਂ ਦੇ ਪ੍ਰੋਗਰਾਮ ਦੇ ਉੱਤੇ ਜਿਹੜਾ ਇਕੱਠ ਹੋਊਗਾ ਉਹ 50-60,000 ਬੰਦੇ ਦਾ ਹੋਏਗਾ ਸੋ ਕੀ ਇਸ ਚੀਜ਼ ਨੂੰ ਇਹ ਮੰਨਿਆ ਜਾ ਸਕਦਾ ਕਿ ਇੱਕ ਸਰਬੱਤ ਖਾਲਸਾ ਜਿਹੜਾ ਆ ਉਹਦਾ ਇਕੱਠ ਇੱਕ ਪੋਲੀਟੀਕਲ ਪਾਰਟੀ ਦੀ ਰੈਲੀ ਨਾਲੋਂ ਵੀ ਘੱਟ ਹੋਵੇ ਇਹ ਇੱਕ ਵੱਡਾ ਕੁਐਸਚਨ ਆ ਬਿਲਕੁਲ ਜੀ ਗਲੋਬਲੀ ਕਰਨ ਦੇ ਬੈਨੀਫਿਟ ਕੀ ਹੈ ਤੇ ਕਿਵੇਂ ਕੀਤਾ ਜਾ ਸਕਦਾ ਜੀ ਜੀ ਗਲੋਬਲੀ ਕਰਨ ਦੇ ਲਈ ਦੇਖੋ ਪਹਿਲਾਂ ਤਾਂ ਕੰਸੈਂਸਸ ਬਿਲਡ ਕਰਨਾ ਜ਼ਰੂਰੀ ਹੈ ਔਰ ਉਹ ਕੀਤਾ ਜਾ ਸਕਦਾ ਆ ਅੱਜ ਦੇ ਡੇਟ ਦੇ ਉੱਤੇ ਲਾਈਕ ਵਰਲਡ ਵਾਈਡ ਸਾਰੀਆਂ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਨੂੰ ਨਾਲ ਇਨਵੋਲਵ ਕਰਨਾ ਜ਼ਰੂਰੀ ਆ ਕੁਛ ਨਾ ਹੋਰ ਕੀਤਾ ਜਾਵੇ ਪਹਿਲੇ ਜਿਹੜਾ ਲਾਈਕ ਸਰਬੱਤ ਖਾਲਸੇ ਨੂੰ ਡਿਵਾਈਡ ਕਰੋ ਪਹਿਲਾ ਹੈਗਾ ਸ਼ਾਰਟ ਟਰਮ ਏਜੰਡਾ ਦੂਸਰਾ ਹੈਗਾ ਲੌਂਗ ਟਰਮ ਏਜੰਡਾ ਸ਼ਾਰਟ ਟਰਮ ਏਜੰਡਾ ਦੇ ਵਿੱਚ ਸਿਰਫ 2 ਪੁਆਇੰਟ ਰੱਖੇ ਜਾਣ ਪਹਿਲਾ ਪੁਆਇੰਟ ਕਿ ਅਸੀਂ ਇਹਨਾਂ ਸਰਕਾਰੀ ਜਥੇਦਾਰਾਂ ਨੂੰ ਮੰਨਣ ਤੋਂ ਇਨਕਾਰੀ ਆ ਜੀ ਉਸ ਦੇ ਲਈ ਮੇਰਾ ਖਿਆਲ ਅੱਜ ਦੇ ਹਰ ਸਿੱਖ ਹੀ ਤਿਆਰ ਆ ਨਾ ਦੂਸਰਾ ਹੈਗਾ ਕਿ ਪ੍ਰੋਸੈਸ ਦੇ ਸਟਰਕਚਰ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਆ ਉਹ ਅਨਾਊਂਸ ਕੀਤਾ ਜਾਵੇ ਜੀ ਇਹਨਾਂ ਦੋਨਾਂ ਮਤਿਆਂ ਲਈ ਸੇਮ ਵਰਡਿੰਗ ਵਰਲਡ ਵਾਈਡ ਪਹਿਲਾਂ ਸਾਰੀ ਸਾਰਿਆਂ ਦੀ ਸਰਬਸੰਮਤੀ ਨਾਲ ਹੋਈ ਜਾਵੇ ਤੇ ਉਹਨੂੰ ਬੰਦੀ ਛੋੜ ਵਾਲੇ ਦਿਨ ਸੰਗਤਾਂ ਚ ਅਨਾਊਂਸ ਕੀਤੀ ਜਾਵੇ ਹੁਣ ਇਸ ਦੇ ਵਿੱਚ ਜਿਹੜਾ ਪੁਆਇੰਟ ਹੈਗਾ ਆ ਉਹ ਮੇਜਰ ਇਹ ਆ ਕਿ ਅਗਰ ਸਰਬਸੰਮਤੀ ਸਾਰਿਆਂ ਚ ਹੋ ਜਾਂਦੀ ਆ ਤੇ ਮੈਸੇਜ ਕੀ ਜਾਂਦਾ ਹੈ ਮੈਸੇਜ ਇਹ ਜਾਂਦਾ ਆ ਕਿ 15 ਲੱਖ ਜਾਂ 20 ਲੱਖ ਸਿੱਖ ਨੇ ਇਹਨਾਂ ਦੋਨਾਂ ਮਤਿਆਂ ਨੂੰ ਐਕਸੈਪਟ ਕੀਤਾ ਇਸ ਦੇ ਵਿੱਚ ਇਹਨਾਂ ਜਥੇਦਾਰਾਂ ਤੋਂ ਮੰਨਣ ਤੋਂ ਇਨਕਾਰ ਕੀਤਾ ਹੋਰ ਅਗਰ ਕਿਤੇ ਕੰਸੈਂਸਸ ਇੱਕ ਜਥੇਦਾਰ ਲਈ ਜਾਂ 2 ਜਥੇਦਾਰ ਲਈ ਜਾਂ ਵਟ ਅਗਰ ਅਗਰ ਇੱਕ ਅੱਧੇ ਲਈ ਬਣ ਜਾਂਦੀ ਹੈ ਤਾਂ ਉਸ ਨੂੰ ਜਥੇਦਾਰ ਐਕਸੈਪਟ ਕਰ ਲਿੱਤਾ ਜਾਵੇ ਅਗਰ ਨਹੀਂ ਬਣਦੀ ਹੈਗੀ ਦੈਟਸ ਨੋਟ ਅ ਇਸ਼ੂ ਕਿਸੇ ਨੂੰ ਵੀ ਜਥੇਦਾਰ ਨਾ ਬਣਾਇਆ ਜਾਵੇ ਪਿਛਲੇ ਇੰਨੇ ਸਮੇਂ ਤੋਂ ਸਿੱਖ ਬਿਨਾਂ ਹੀ ਜਥੇਦਾਰ ਤੋਂ ਰਹੀ ਆ ਇਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਪੰਥ ਵਿਰੋਧੀ ਹੀ ਰਹੀਆਂ ਨੇ ਸੋ ਅਗਰ ਕੌਮ ਇਹਨਾਂ ਚ ਬਿਨਾਂ ਜਥੇਦਾਰ ਤੋਂ ਕੱਢ ਸਕਦੀ ਹੈ ਤਾਂ 6-7 ਮਹੀਨੇ ਹੋਰ ਵੀ ਕੱਢ ਸਕਦੀ ਆ ਲੈਟਸ ਗਿਵ ਦੈਮ ਅ ਪਲੈਟਫਾਰਮ ਲੈਟਸ ਦੈਮ ਗਿਵ ਦੈਮ ਅ ਸਟ੍ਰੈਟਜੀ ਹਾਊ ਟੂ ਚੂਜ਼ ਅ ਜਥੇਦਾਰ ਉਹ ਲਈ ਕੀ ਸਟਰਕਚਰ ਹੋਣਾ ਚਾਹੀਦਾ ਕੀ ਪ੍ਰੋਸੈਸ ਹੋਣਾ ਚਾਹੀਦਾ ਕੀ ਪ੍ਰੋਸੀਜਰਸ ਹੋਣੇ ਚਾਹੀਦੇ ਆ ਕੌਣ ਅਪੁਆਇੰਟ ਕਰੂਗਾ ਕਿਵੇਂ ਅਪੁਆਇੰਟ ਹੋਏਗਾ ਉਸਦੇ ਕੀ ਟਰਮੀਨੇਸ਼ਨ ਕੌਣ ਕਰ ਸਕਦਾ ਜਥੇਦਾਰਾਂ ਦੀ ਉਹਨਾਂ ਨੂੰ ਲਗਾ ਕੌਣ ਸਕਦਾ ਆ ਜਥੇਦਾਰਾਂ ਦੇ ਰੋਲਸ ਐਂਡ ਡਿਊਟੀਜ਼ ਕੀ ਹੋਣਗੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਦ ਤੱਕ ਤੁਸੀਂ ਇੱਕ ਡਾਕੂਮੈਂਟ ਕੌਮ ਅੱਗੇ ਨਹੀਂ ਰੱਖਦੇ ਪ੍ਰੋਬਲਮਸ ਉੱਥੇ ਦੀਆਂ ਉੱਥੇ ਹੀ ਖੜੀਆਂ ਰਹਿਣਗੀਆਂ ਦੇਰ ਵਿਲ ਬੀ ਨੋ ਚੇਂਜ ਇਹ ਸਿਰਫ ਹਾਂ ਅਸੀਂ ਕਹਿੰਦਾ ਮੈਂ ਇੱਕ ਪ੍ਰੋਗਰਾਮ ਕਰਕੇ ਆਪਣੇ ਆਪ ਨੂੰ ਖੁਸ਼ ਕਰ ਸਕਦੇ ਹੈਗੇ ਆ ਬਟ ਕੌਮੀ ਤੌਰ ਦੇ ਉੱਤੇ ਉਹਦੀ ਕੋਈ ਅਚੀਵਮੈਂਟ ਨਹੀਂ ਹੋਊਗੀ ਸਾਨੂੰ ਇਸ ਦੇ ਵਿੱਚ ਉਹਦੀ ਮਿਲੂਗਾ ਕੁਛ ਨਹੀਂ ਅਗਰ ਇਹਨੂੰ ਗਲੋਬਲ ਤੌਰ ਤੇ ਨਾ ਕੀਤਾ ਜੀ ਬਿਲਕੁਲ ਬਿਲਕੁਲ ਆਈ ਮੀਨ ਜਿਸ ਤੁਸੀਂ ਐਕਸਪਲੇਨ ਕੀਤਾ ਹਾਊ ਟੂ ਚੂਜ਼ ਅ ਜਥੇਦਾਰ ਆਈ ਐਮ ਪ੍ਰੀਟੀ ਸ਼ੋਰ ਕਿ ਤੁਸੀਂ ਆਈ ਐਮ ਨਾਟ ਸ਼ੋਰ ਕਿ ਤੁਸੀਂ ਇਸ ਬਾਰੇ ਵੀ ਪੂਰੀ ਡਿਟੇਲ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਕਿ ਦੀਜ਼ ਆਰ ਜਸਟ ਲਾਈਕ ਸੁਜੈਸ਼ਨ ਯੂ ਗਿਵਿੰਗ ਆਊਟ ਟੂ ਪੀਪਲ ਕਿ ਇਸ ਕੀ ਡਿਊਟੀਜ਼ ਹੋਣੀਆਂ ਚਾਹੀਦੀਆਂ ਲਾਈਕ ਤੁਸੀਂ ਕਿ ਇਸ ਤੇ ਪੂਰਾ ਵਰਕਆਊਟ ਕੀਤਾ ਉਹਦੇ ਲਈ ਹਾਂਜੀ ਅਸੀਂ ਨਾ ਇੱਕ ਡਿਵੀਜ਼ਨ ਕੀਤੀ ਸੀ ਸ਼ਾਰਟ ਟਰਮ ਤੇ ਲੌਂਗ ਟਰਮ ਦੇ ਵਿੱਚ ਸ਼ਾਰਟ ਟਰਮ ਤੇ ਆਈ 2 ਮਤੇ ਸੀਗੇ ਜਿਹੜਾ ਲੌਂਗ ਟਰਮ ਲਈ ਆ ਅਸੀਂ ਆ ਸੋਚਦੇ ਆ ਕਿ ਇੱਕ ਤਾਂ ਹੁਣ ਬੰਦੀ ਛੋੜ ਦੇ ਉੱਤੇ ਸਰਬੱਤ ਖਾਲਸਾ ਕੀਤਾ ਜਾਵੇ ਉਸ ਤੋਂ ਬਾਅਦ ਚ ਗਲੋਬਲ ਸਿੱਖ ਕਨਵੈਨਸ਼ਨ ਕੀਤੀ ਜਾਵੇ ਜਮਾਇਕਾ ਦੇ ਵਿੱਚ ਵਾਈ ਜਮਾਇਕਾ ਕਿਉਂਕਿ ਉਹ ਇੱਕ ਇਹੋ ਜਿਹੀ ਕੰਟਰੀ ਆ ਜਿੱਥੇ ਇੱਕ ਤਾਂ ਪੰਜਾਬ ਤੋਂ ਬਾਅਦ ਅਗਰ ਕਿਨਾ ਕਿੱਥੇ ਕਿਤੇ ਸਿੱਖ ਪਾਪੂਲੇਸ਼ਨ ਜ਼ਿਆਦਾ ਹੈਗੀ ਆ ਉਹ ਨਾਰਥ ਅਮਰੀਕਾ ਦੇ ਵਿੱਚ ਐਗਜ਼ਿਸਟ ਕਰਦੀ ਹੈਗੀ ਆ ਔਰ ਨਾਰਥ ਅਮਰੀਕਾ ਦੇ ਲਾਗੇ ਪੈਂਦਾ ਜਮਾਇਕਾ ਜਮਾਇਕਾ ਇੱਕ ਅਲੌਤੀ ਆਈ ਮੀਨ ਇੱਕ ਵਨ ਆਫ ਦ ਕੰਟਰੀ ਆ ਜਿੱਥੇ ਇੰਡੀਆ ਦੇ ਰੈਜੀਡੈਂਟਸ ਅਤੇ ਪਾਕਿਸਤਾਨ ਦੇ ਰੈਜੀਡੈਂਟਸ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈਗੀ ਸੋ ਕਾਫੀ ਬੰਦੇ ਇਹੋ ਜਿਹੇ ਵੀ ਹੈਗੇ ਆ ਜਿਹਨਾਂ ਨੂੰ ਵੀਜ਼ਾ ਇਸ਼ੂਜ਼ ਹੋ ਸਕਦੇ ਤਾਂ ਕਰਕੇ ਜਮਾਇਕਾ ਨੂੰ ਅਸੀਂ ਚੂਜ਼ ਕਰਦੇ ਸੀ ਕਿ ਗਲੋਬਲ ਸਿੱਖ ਕਨਵੈਨਸ਼ਨ
गोविंद सिंह जी के गुरपुरब से की जाए, जिस दे विच चार तो पांच दिन के उत्ते सिर्फ स्ट्रक्चर प्रोसैस प्रोसीजर्स नूं डिफाइन किया जाए, उसके उत्ते काम किया जाए, जिहड़ियां जिथे काफी जे जथेबंदियां हैगियां ने जिहड़ियां ऑलरेडी इस दे उत्ते काम करदियां पईयां, जो उन्होंने काम किया आ उत्थे स्कॉलर ते जथेबंदियां वर्ल्ड वाइड जिन्नियां जथेबंदियां उन्होंने अगे रखा जाए, तो उस दो चेंजेस चाहीदियां ने, उस चेंजेस करके उन्हू कौम अगे रखा जाए। दिस इज द मिडल थिंग एंड देन द लास्ट थिंग इज सरबत खालसा विसाखी 2016 दे विच दोबारा तो छड्या जाए, लाइक दिस इज जिहड़ियां साडियां डेट्स ने, यह जरूरी नहीं कि असीं आई डेट्स लैनियां ने, डेट्स कैन बी चेंज, मेन गल हैगा कि जिहड़ा डॉक्यूमेंट आ वो कौम अगे एक प्रॉपर आना चाहीदा आ, इहो जिहा आना चाहीदा आ कि जिहदे करके जो अज दा जिस तरीके नाल जथेदारां नूं वरत्या जा रहा आ वो काम ना होवे आने वाले समय दे विच। तो ओहदे लई असीं सरबत खालसा विसाखी दे विच 2016 दे विच असीं सोचदे कि उदों पंजां जथेदारां नूं डिकलेयर भी किया जाए उसी प्रोसैस अधीन, ओ प्रोसैस दी इंप्लीमेंटेशन भी की जाए। सो बेसिकली जो ग्लोबल कन्वेंशन करनी है जमैका दे विच, दिस इज बेसिकली ताकि ढांचा बन सके की करना है एंड व्हाट वी नीड टू डू, पूरा प्रोसेस तैयार हो जाए। तो जिस तरह काफी सारिया साडे जिहड़े सिख वीर ने बुद्धिवान जीवी नूं कह रहे ने कि सरबत खालसा वैसे सानूं ननकाना साहब बुलाना चाहिए, व्हाई डिडंट यू चूज ननकाना साहब, व्हाई डिड यू चूज लाइक यू नो यू एक्सप्लेन व्हाई यू चूज जमैका बट ननकाना साहब क्यों नहीं? ओके, गल सही है। देखो सानूं इंटरनेशनल पॉलिटिकल सिनेरियो वल थोड़ी जी ध्यान देने की लोड़ हैगी है जी। पाकिस्तान दे विच प्रोग्राम करन दे विच कोई हैसल नहीं है, कोई प्रॉब्लम नहीं हैगी जी। सिर्फ इको प्रॉब्लम है कि जिस स्टेट दे विच असीं अज रह रहे हैं, इंडियन स्टेट दे विच जिथे साडी मेजोरिटी रहिंदी है, सिख भरा पंजाब च रहिंदे आ, असीं किसी भी तरीके नाल ऐ नहीं चाहुंदे कि इंडियन स्टेट इस दे विच ऐ रोल प्ले करे ते ऐ कवे कि एदे बैक दे उते उन्हां दा दुश्मन कंट्री है। इनू असी उन्हां दी आपसी लड़ाई तो बाहर रखना चाहते हैं, तां करके असी पाकिस्तान नू चूज नहीं किया है। बट ऐ सिर्फ साडी इक सजेशन आ जमैका, अगर सिख कौम पाकिस्तान करना चाहे तो सानू उस उते कोई ऑब्जेक्शन नहीं आ, पर मेरे हिसाब नाल इसनू इस तरीके नाल जरूर विचारना चाहिदा आ कि ओदे बेनीफिट ते नुकसान की होणगे। अगर बैनेट सानू अगर साडे ते इस स्टैंप लगदी आ कि इहदे मगर सिखां दी सोच नहीं पाकिस्तान दी सोच आ, ते ओह शायद साडे लई थोड़ा नुकसानदेह होगी जी। जी, तो जिस तरह ये तो पाकिस्तान की गलबात की, पर जिस तरह असि पहला समझाया कि काफी जथेबंदियां जिहड़ियां ने अकाल तख्त साहिब जां अमृतसर दे विच सरबत खालसा बुलाना चाहुंदियां, उसकी तुसीं गलबात की कि ओनली प्रॉबली लाइक मोर दैन लाइक मे बी 5 to 6,000 पीपल शो अप, पर जिस तरह काफी जो सा बुद्धिजीवी उन्होंने ये भी सजेशन दी है कि ऑनलाइन भी होना चाहिए सिग्नेचर, ताकि ऑल ओवर द वर्ल्ड जो लोग ने इससे साइन कर सकन, अपनी प्रॉब्लम दिखा लोगों दस सकन। इस बारे तुसीं की विचार रखते हो? What is the online देखो, process? लाइक जेरा भी प्रोसेस ग्लोबली सिखा नु जोड़े जी, ओ 100% अपनाना चाहिदा है। ओके, पंजाब दे विच अमृतसर दे विच जेरा सरबत खालसा दी तुसी गल कर रहे हैगे हो जी, ओ सरबत खालसा दी डेफिनेशन दे उल्टा, उस दे विच सरबत दे विच मैनु दसो कि अमेरिका दे विच तुसी रहंदे हो कि अमेरिका दीयां जथेबंदियां नाल इस कॉल करन तो पहला कि उन्हां दी कंसेंट लिती गई, कैनेडा की कंसेंट नहीं लिती गई। सो लाइक किवें अज एक पोलिटिकल लाइक या दो पोलिटिकल पार्टी अज अपना सरबत खालसा साध रही ने, कल दो होर उठनगियां वो अपना सरबत खालसा साध लैनगियां, लाइक दिस इज नॉट अ पोलिटिकल एक्टिविटी, यह साडा धार्मिक मसला आ। इस धार्मिक मसले दे विच असीं बहुत सीरियस इशू नूं लोगों सामने लियाना चाहते हाँ, साडी कौम की इस स्थिति इन्नी खराब आ कि असीं हर पासों मार खा रहे हैं। साडे अकाल तख्त साहब तक दे जिहड़े जथेदार ने वह उन्होंने अपने कंट्रोल च लै ले आ, अगर असी इस टाइम भी अपनियां पोलिटिकल गेम्स खेलियां ने जी, देन आई थिंक कि वो सिंसेरिटी नहीं है कौम दे विच, जां इन्हां गलतियां दा उन्हां नूं पता ही नहीं चलदा जिहड़े करदे कि साडे तों गलतियां हो रहियां ने। बट ट्रस्ट मी, ए ब्लंडर होएगा अगर इन्होंने इस नू ग्लोबल इवेंट ना चेंज किया,
ਮੈਨੂੰ ਇੱਕ ਗੱਲ ਦੱਸੋ ਭੈਣ ਜੀ ਕਿ ਉਹ ਕੱਲ ਨੂੰ ਜਥੇਦਾਰ ਉੱਥੇ 5 ਅਨਾਉਂਸ ਕਰਦੇ ਆ, ਹਾਂਜੀ, ਉਹਨਾਂ ਵਿੱਚ ਦੀ ਇੱਕ ਦਾ ਜਥੇਦਾਰ ਪੁਰਾਣੇ ਜਥੇਦਾਰਾਂ ਵਿੱਚੋਂ ਹੀ ਕੱਢ ਕੇ ਤੁਹਾਡੇ ਸਿਰ ਤੇ ਮੜ ਦਿੰਦੇ ਆ, ਹਾਂਜੀ, ਵਿਲ ਯੂ ਐਕਸੈਪਟ? ਮੈਂ ਨੀ ਐਕਸੈਪਟ ਕਰੂੰਗਾ ਉਸਨੂੰ ਜਥੇਦਾਰ, ਜਿਹਨੇ ਪਹਿਲਾਂ ਨੀ ਜਥੇਦਾਰੀ ਚੰਗੀ ਤਰ੍ਹਾਂ ਨਿਭਾਈ, ਉਹ ਅੱਜ ਕੀ ਜਥੇਦਾਰੀ ਨਿਭਾ ਲੂਗਾ? ਆਈ ਅਗਰੀ ਵਿਦ ਯੂ, ਯੈਸ। ਸੋ ਲਾਈਕ ਤੁਸੀਂ ਕੌਮ ਦੇ ਅੱਗੇ ਪਹਿਲਾਂ ਉਹ ਕੰਸੈਂਸਸ ਬਿਲਡ ਕਰੋ ਜੀ, ਤੁਸੀਂ ਕੌਮ ਤੋਂ ਪਰਮਿਸ਼ਨ ਲਵੋ, ਲਾਈਕ ਅਸੀਂ ਕੌਮ ਦੇ ਚੌਂਕੀਦਾਰ ਹਾਂ, ਹਾਂਜੀ, ਅਸੀਂ ਚੌਂਕ ਕਿ ਲਾਈਕ ਵੀ ਆਰ ਨਾਟ ਡਿਕਟੇਟਰ, ਅਸੀਂ ਕੌਮ ਨੂੰ ਏਦਾਂ ਨੀ ਕਹਿ ਸਕਦੇ ਇਹ ਕਰ ਲਓ ਇਹ ਕਰ ਲਓ, ਲਾਈਕ ਅਸੀਂ ਸੇਵਾਦਾਰ ਹਾਂ, ਅਸੀਂ ਸੇਵਾਦਾਰ ਕੰਮ ਕੀਤਾ ਜਾਵੇ, ਕੌਮ ਤੋਂ ਪਰਮਿਸ਼ਨ ਲੈ ਕੇ ਕੰਮ ਕੀਤਾ ਜਾਵੇ, ਏਦਾਂ ਆਪ ਮੁਦਰੀਆਂ ਕਾਰਵਾਈਆਂ ਨੇ ਅੱਜ ਕੌਮ ਦੀ ਇਹ ਸਥਿਤੀ ਖੜੀ ਕੀਤੀ ਹੈ ਜੀ। ਜੀ ਤੇ ਵੀਰ ਜੀ, ਜੈਸਾ ਤੁਸੀਂ ਸਾਨੂੰ ਈਮੇਲ ਦੇ ਵਿੱਚ ਪੂਰਾ ਇਹਦਾ ਪ੍ਰੋਸੈਸ ਸੀਗਾ ਭੇਜਿਆ ਸੀਗਾ, ਤੁਸੀਂ ਉਹਦੇ ਵਿੱਚ ਕਾਫੀ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਾਫੀ ਸੁਜੈਸ਼ਨ ਵੀ ਦਿੱਤੇ ਨਵੇਂ ਜਥੇਦਾਰਾਂ ਦੇ। ਕੈਨ ਯੂ ਟੈਲ ਅਸ ਅ ਲਿਟਲ ਬਿਟ ਅਬਾਊਟ ਦੈਟ ਟੂ? ਹਾਂਜੀ ਜ਼ਰੂਰ। ਦੇਖੋ ਅਸੀਂ ਕੁਝ ਨਾਮ ਸਿਰਫ ਸੁਜੈਸਟ ਕਰ ਰਹੇ ਹਾਂ ਜੀ, ਜ਼ਰੂਰੀ ਨਹੀਂ ਕਿ ਕੌਮ ਇਹਨਾਂ ਨੂੰ ਐਕਸੈਪਟ ਕਰੇ। ਹਾਂਜੀ, ਹਨਾ, ਅਸੀਂ 110% ਇਸ ਲਈ ਕਮਿਟਡ ਆ ਕਿ ਜੋ ਦੁਨੀਆ ਭਰ ਦੇ ਸਿੱਖ ਫੈਸਲਾ ਕਰਨਗੇ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ। ਪਰ ਅਗਰ ਕੋਈ ਫੈਸਲਾ ਇੰਡੀਵਿਜੁਅਲ ਜਾਂ ਇੰਡੀਵਿਜੁਅਲ ਜਥੇਬੰਦੀਆਂ ਤੋਂ ਆਊਗਾ, ਉਹ ਸਿੱਖ ਪ੍ਰਵਾਨ ਕਰਨ ਨਾ ਕਰਨ ਉਹ ਉਹਨਾਂ ਦੀ ਆਪਣੀ ਮਰਜ਼ੀ ਆ। ਅਸੀਂ ਸਾਡੇ ਵੱਲੋਂ ਇਹ ਸੁਜੈਸ਼ਨ ਸੀਗੀਆਂ ਕਿ ਜਥੇਦਾਰ ਰਣਜੀਤ ਸਿੰਘ ਜੀ, ਜਗਤਾਰ ਸਿੰਘ ਹਵਾਰਾ, ਭਾਈ ਲਾਲ ਸਿੰਘ ਜਾਂ ਹੋਰ ਕੋਈ ਵੀ ਅਕਸੈਪਟੇਬਲ ਜਿਹੜੇ ਸਿੱਖ ਨੇ ਉਹਨਾਂ ਨੂੰ ਐਜ਼ ਅ ਜਥੇਦਾਰ ਅਪੁਆਇੰਟ ਕੀਤਾ ਜਾਵੇ, ਜਾਂ ਇਹਨਾਂ ਦੀ ਜਗ੍ਹਾ ਹੋਰ ਵੀ ਕੋਈ ਹੋ ਸਕਦਾ। ਅਸੀਂ ਸਿਰਫ 3 ਨਾਮ ਸੁਜੈਸਟ ਕਰ ਰਿਹਾ ਹਾਂ। ਓਕੇ ਜੀ, ਪਰ ਸੋ ਵੀਰ ਜੀ, ਜਿਸ ਤੁਸੀਂ ਪਹਿਲਾਂ ਗੱਲ ਕੀਤੀ, ਮੈਂ ਉਸਨੂੰ ਕੰਟੀਨਿਊ ਕਰਦਾ, ਤੁਸੀਂ ਗੱਲ ਕੀਤੀ ਕਿ ਪਿੰਡ ਪਹਿਲੇ ਜਥੇਦਾਰ ਹੋਣੇ ਚਾਹੀਦੇ ਆ, ਹੈਗੇ ਸੀਗੇ, ਉਹਨਾਂ ਨੂੰ ਦੁਬਾਰਾ ਜਥੇਦਾਰ ਨਹੀਂ ਬਣਾਉਣਾ ਚਾਹੀਦਾ, ਬਿਕੋਜ਼ ਉਹਨਾਂ ਨੇ ਪਹਿਲੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਈ ਹੈਗੀ। ਕਿਉਂਕਿ ਕਾਫੀ ਲੋਕ ਸਾਡੇ ਜਿਹੜੇ, ਮੈਂ ਵੱਖ ਵੱਖ ਪਰਸਨੈਲਿਟੀਜ਼ ਨਾਲ ਗੱਲਬਾਤ ਕਰਦੀ ਹਾਂ, ਹਰ ਬੰਦਾ ਹਰ ਵੱਖਰੀ ਆਪਣੀ ਜਿਹੜੀ ਧਿਰ ਹੈ ਵੱਖ ਵੱਖ ਆਪਣੇ ਵਿਚਾਰ ਦਿੰਦੀ। ਕੋਈ ਕਹਿੰਦਾ ਕਿ ਯੂਨੋ ਜਿਹੜੇ ਇਹ ਜਥੇਦਾਰ ਹੋਣੇ ਨਹੀਂ ਚਾਹੀਦੇ ਅਕਾਲ ਤਖ਼ਤ 'ਤੇ, ਤੁਸੀਂ ਉਸ ਬਾਰੇ ਕੀ ਵਿਚਾਰ ਰੱਖਦੇ? ਡੂ ਯੂ ਥਿੰਕ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ 'ਤੇ ਹੋਣੇ ਚਾਹੀਦੇ ਆ, ਜਾਂ ਫਿਰ ਸਾਨੂੰ ਬਿਲਕੁਲ ਹੀ ਜਥੇਦਾਰ ਜਿਹੜਾ ਸਿਸਟਮ ਆ ਉਹ ਬੰਦ ਕਰ ਦੇਣਾ ਚਾਹੀਦਾ? ਨਹੀਂ ਦੇਖੋ ਜੀ, ਪੰਚਾਂ ਦਾ ਸਿਧਾਂਤ ਹੈਗਾ ਆ ਜੀ, ਪੰਚਾਂ ਦਾ ਜਿਹੜਾ ਡਿਸੀਜ਼ਨ ਆ ਉਹਨੂੰ ਗੁਰਮਤਾ ਕਰਕੇ ਮੰਨਿਆ ਜਾਂਦਾ ਹੈ ਨਾ। ਹਾਂਜੀ, ਸੋ ਜਿਹੜਾ ਇਹ ਇੱਕ ਸਿਸਟਮ ਚੱਲਦਾ ਆ ਰਿਹਾ ਆ, ਮੈਨੂੰ ਲੱਗਦਾ ਨਹੀਂ ਕਿ ਇਸ ਦੇ ਉੱਤੇ ਸਾਨੂੰ ਕੋਈ ਕਿੰਤੂ ਪੰਤੂ ਕਰਨੀ ਚਾਹੀਦੀ ਹੈ। ਹਾਂਜੀ, ਜਿੱਥੇ ਤੱਕ ਕਿ ਨਾ ਕੁਝ ਬੰਦਿਆਂ ਦਾ ਸਵਾਲ ਆ, ਉਹਨਾਂ ਦਾ ਲਾਈਕ ਉਹਨਾਂ ਦਾ ਪਰਸਨਲ ਵਿਊ ਹੋ ਸਕਦਾ, ਜਾਂ ਇਹ ਕਹਿ ਲਓ ਕਿ ਅਗਰ ਉਹ ਸਹੀ ਵੀ ਹੋਵੇ, ਮੈਂ ਇਸ ਚੀਜ਼ ਨਾਲ ਮੈਂ ਨਹੀਂ ਮੰਨਦਾ ਕਿ ਉਹ ਸਹੀ ਆ ਕਿ ਜਥੇਦਾਰ ਨਾ ਹੋਣ, 100% ਹੋਣੇ ਚਾਹੀਦੇ। ਪਰ ਅਗਰ ਇੱਕ ਸੈਕਿੰਡ ਲਈ ਮੰਨ ਵੀ ਲਵਾਂ ਕਿ ਉਹ ਸਹੀ ਨੇ, ਤੇ ਇਹ ਸਹੀ ਟਾਈਮ ਨਹੀਂ ਹੈਗਾ ਇਹ ਇੱਕ ਨਵੀਂ ਕੰਟਰੋਵਰਸੀ ਖੜੀ ਕਰਨ ਦਾ। ਜੀ ਜੀ, ਸਵੀਰ ਜੀ, ਇਹ ਤਾਂ ਅਸੀਂ ਗੱਲਬਾਤ ਕੀਤੀ ਸੀ ਜਿਹੜੇ ਸਰਬੱਤ ਖਾਲਸਾ ਦੀ ਅਤੇ ਗਲੋਬਲ ਸਰਬੱਤ ਖਾਲਸਾ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਜਿਹੜੀ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਸਾਹਿਬਾਨ ਦੇ ਜਿੰਨੇ ਵੀ ਪੰਥਕ ਸ਼ਖਸੀਅਤਾਂ ਨੇ, ਉਹਨਾਂ ਨੇ ਜਿਹੜਾ ਡਿਸੀਜਨ ਲਿੱਤਾ ਹੈ, ਨਾ ਡਿਸੀਜਨ ਲਿੱਤਾ ਪਰ ਉਹਨਾਂ ਨੇ ਇੱਕ ਐਕਚੁਲੀ ਢਾਂਚਾ ਬਣਾ ਕੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਇਸ 'ਤੇ ਆਪਾਂ ਚੱਲ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਯੂ ਗਿਵ ਅਸ ਐਗਜ਼ਾਮਪਲਸ ਆਫ ਸ਼ੋਰਟ ਟਰਮ ਐਂਡ ਲੌਂਗ ਟਰਮ ਸਰਬੱਤ ਖਾਲਸਾ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਥੈਂਕ ਯੂ ਸੋ ਮੱਚ ਫੋਰ ਦ ਇਨਫੋਰਮੇਸ਼ਨ, ਕਿਉਂਕਿ ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ ਐਟ ਦੀ ਐਂਡ, ਐਨੀਥਿੰਗ ਦੈਟ ਮੈਂ ਤੁਹਾਨੂੰ ਕੁਛ ਨਹੀਂ ਪੁੱਛ ਪਾਈ ਹੋਵਾਂਗੀ, ਜਾਂ ਫਿਰ ਐਟ ਦੀ ਐਂਡ ਤੁਸੀਂ ਕੋਈ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਤਾਂ ਜ਼ਰੂਰ ਦੇ ਸਕਦੇ ਹੋ। ਮੈਂ ਬਸ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਦੇਖੋ ਇਹ ਸਮਾਂ ਜਿਹੜਾ ਆ, ਦਿਸ ਇਜ਼ ਨਾਟ ਗੋਨਾ ਕਮ ਬੈਕ। ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਫੈਸਲਾ ਆਇਆ ਬਿਲਕੁਲ ਗਲਤ ਆਇਆ ਸੀਗਾ ਜੀ, ਬਟ ਉਹਨੇ ਸਾਨੂੰ ਇੱਕ ਮੌਕਾ ਦਿੱਤਾ ਆ ਯੂਨਾਈਟ ਕਰਨ ਦਾ। ਅਗਰ ਅਸੀਂ ਇਸ ਮੌਕੇ ਨੂੰ ਇੱਕ ਵਾਰੀ ਗਵਾ ਲਿਆ ਤੇ ਸਾਨੂੰ ਇਹ 40-50-100 ਸਾਲ ਪਤਾ ਨੀ ਕਦੋਂ ਜਾ ਕੇ ਕੌਮ ਨੂੰ ਇਹ ਮੌਕਾ ਮਿਲੂਗਾ। ਰੱਬ ਦਾ ਹੀ ਵਾਸਤਾ, ਮੈਂ ਕੌਮ ਅੱਗਿਓਂ ਭੀਖ ਮੰਗਦਾ ਇਸ ਗੱਲ ਦੀ ਕਿ ਇਹ ਯੂਨਿਟੀ ਕਰੀਏ ਤੇ ਇਸ ਮੌਕੇ ਨੂੰ ਸੰਭਾਲੀਏ ਤੇ ਇੱਕ ਲੀਡਰਸ਼ਿਪ ਕੱਢੀਏ ਇਹਦੇ ਵਿੱਚ ਉਹਦੀ, ਸੋ ਦੈਟ ਕਿ ਜਿਹੜੇ ਬੰਦਿਆਂ ਨੇ ਆਪਣੀਆਂ ਜਾਨਾਂ ਗਵਾਤੀਆਂ ਇਸ ਕੌਮ ਲਿਖੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀਏ। ਬਿਲਕੁਲ, ਐਂਡ ਮੇਰੀ ਅਮੈਰੀਕਾ ਦੇ, ਆਸਟ੍ਰੇਲੀਆ, ਇੰਗਲੈਂਡ ਸਾਰੀ ਜਗ੍ਹਾ ਗੱਲਬਾਤ ਚੱਲ ਰਹੀ ਹੈ, ਜਿੱਥੇ ਜਿੱਥੇ ਵੀ ਸਾਡੀ ਗੱਲ ਨਹੀਂ ਹੋਈ ਹੈਗੀ, ਜਿੱਥੇ ਤੱਕ ਅਸੀਂ ਆਪਣੀ ਆਵਾਜ਼ ਨਹੀਂ ਪਹੁੰਚਾ ਸਕੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਕਿ ਉਹ ਅਗਰ ਸਾਡਾ ਮੈਸੇਜ ਇਸ ਮੀਡੀਅਮ ਰਾਹੀਂ ਤੁਹਾਡੇ ਤੱਕ ਪਹੁੰਚਦਾ ਹੈ, ਪਲੀਜ਼ ਸਾਨੂੰ ਕੰਟੈਕਟ ਕਰੋ। ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਆ, ਸਾਂਝੀ ਕੌਮ ਆ, ਅਸੀਂ ਇਹਨੂੰ ਅੱਗੇ ਲੈ ਕੇ ਚੱਲਣਾ ਆ।
ਬਿਲਕੁਲ ਬਿਲਕੁਲ ਤੇ ਵੀ ਜਿਹੜੀ ਜਿਹੜੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਭੇਜੀ ਸੀ ਜਿਹੜਾ ਮਤੇ ਪਾਸ ਕੀਤੇ ਸੀ ਅਸੀਂ ਟੀਵੀ 84 ਦੇ ਨਾਲ ਨਾਲ ਦਿਖਾਈ ਵੀ ਜਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਇਫ ਦੇ ਹੈਵ ਐਨੀ ਕੁਐਸਚਨਸ ਅਸੀਂ ਤੁਹਾਨੂੰ ਫਿਰ ਤੋਂ ਗੱਲਬਾਤ ਕਰਾਂਗੇ ਉਹਨਾਂ ਕੁਐਸਚਨਸ ਦੇ ਉੱਪਰ ਵੀ ਤੁਹਾਡੇ ਕੋਲ ਅਸੀਂ ਦੁਬਾਰਾ ਤੋਂ ਜਵਾਬ ਲਵਾਂਗੇ ਐਂਡ ਸਾਡੇ ਜਿਹੜੇ ਦਰਸ਼ਕ ਵੇਖ ਰਹੇ ਨੇ ਇਫ ਦੇ ਹੈਵ ਐਨੀ ਕੁਐਸਚਨ ਪਲੀਜ਼ ਡੂ ਰੀਚ ਅਸ ਐਂਡ ਵੀ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਥੈਂਕ ਯੂ ਸੋ ਮੱਚ ਫਾਰ ਯੋਰ ਟਾਈਮ ਐਸਾ ਸਭ ਕੁਝ ਸਮਝਾਉਣ ਦਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ